ਬਾਕੀ ਭਾਈ ਜਾਨ ਜਿਹੜੀ ਹੈ ਨਾ ਇਹਨਾਂ ਦੀ ਬਿਮਾਰੀ ਤੇ ਜਿਸ ਵੇਲੇ ਬਿਮਾਰ ਹੋਏ ਨਾ ਮੈਂ ਜ਼ਲੀਲ ਬੜਾ ਹੋਇਆ ਮੈਂ ਬੜੀ ਦੂਰ ਤੱਕ ਗਿਆ ਅਗਖੜਤਾ ਗੁਜਰਾਤ ਸਿਆਲਕੋਟ वालेकुम नाजरीन मैं हूं अब्दुल्ला और आप देख रहे हैं मेरा यूट्यूब चैनल आज हमने एक मुर्गी खाने का विजिट किया है तो हमने सोचा कि आपको ये वीडियो दिखाई जाए ताकि जो लोग ये बिजनेस करना चाहते हैं उनको पता लग सके कि इस काम में कितना नफा है या कितना नुकसान है अस्सलाम व लाबरक व बरकातहू ਇਹ ਭਾਈ ਜਾਨ ਇਹ ਤਕਰੀਬਨ ਜਿਸ ਵੇਲੇ ਸ਼ੁਰੂ ਕੀਤਾ ਸੀ ਨਾ ਕੰਮ ਤੇ ਇਹ ਤਕਰੀਬਨ ਮੈਂ ਕੋਈ 5000 ਚੂਚਾ ਲੈ ਕੇ ਆਇਆ ਅੱਜ ਇਹ ਸਮਝੋ ਕਿ ਮਨੂੰ 1.5 ਤੋਂ 2 ਲੱਖ ਰੁਪਏ ਵੀ ਤਕਰੀਬਨ ਪੈ ਗਿਆ ਸੀ ਠੀਕ ਹੈ ਔਰ ਉਸ ਤੋਂ ਬਾਅਦ ਫਿਰ ਜਿਸ ਵੇਲੇ ਲਿਆਂਦਾ ਹੈ ਲਿਆ ਕੇ ਜਗਾ ਦਾ ਅਰੇਂਜਮੈਂਟ ਕੀਤਾ ਸਾਰਾ ਨਿਜ਼ਾਮ ਚਲਾਇਆ ਇਹਨਾਂ ਦਾ ਪਾਣੀ ਇਹਨਾਂ ਦਾ ਇਹ ਉਹ ਤਕਰੀਬਨ ਫੀਡ ਜਿਹੜੀ ਇਹ ਮੇਰੀ ਦਿਨ ਦੀ 9000 ਰੁਪਏ ਦੀ ਫੀਡ 5000 ਚੂਚੇ ਤੇ ਲੱਗਦੀ ਹੈ ਉਹ ਸੀ ਬਾਦ ਇਹ ਸਮਝੋ ਕਿ ਬਿਮਾਰੀ ਹੈ ਜਿਹੜੀ ਇਹਦਾ ਬੜਾ ਮਸਲਾ ਹੈ ਸਾਡੇ ਮੁਲਕ ਦੇ ਵਿੱਚ ਕਿੱਥੇ ਮੈਂ بڑے ਹਸਪਤਾਲਾਂ ਚ ਗਿਆ بڑے بڑے ਵੱਡੇ ਸ਼ਹਿਰਾਂ ਵਿੱਚ ਵੀ ਗਿਆ ਲੈ ਕੇ ਆਪਣੇ ਚੂਚੇ ਜਿਸ ਵੇ ਬਿਮਾਰ ਹੋਏ ਨੇ ਬਾਕੀ ਭਾਈ ਜਾਨ ਜਿਹੜੀ ਹੈ ਨਾ ਇਹਨਾਂ ਦੀ ਬਿਮਾਰੀ ਤੇ ਜਿਸ ਵੇਲੇ ਬਿਮਾਰ ਹੋਏ ਨਾ ਮੈਂ ਜ਼ਲੀਲ ਬੜਾ ਹੋਇਆ ਮੈਂ ਬੜੀ ਦੂਰ ਤੱਕ ਗਿਆ ਗੱਖੜਤਾ ਗੁਜਰਾਤ ਸਿਆਲਕੋਟ ਕੋਈ ਮਸ਼ਹਰ ਜਿੱਥੇ ਮੈਨੂੰ ਕਿਸੇ ਨੇ ਕਿਸੇ ਵੀ ਦੱਸਿਆ ਨਾ ਕਿ ਫਲਾਣਾ ਡਾਕਟਰ ਜਾਨਵਾਰਾਂ ਦਾ ਬਿਹਤਰੀਨ ਮੈਂ ਉੱਥੇ ਪਹੁੰਚ ਗਿਆ ਉਸ ਡਾਕਟਰ ਨੇ ਪੁੱਛਿਆ ਇੱਕ ਦੋ ਚੂਚੇ ਨਾਲ ਖੜੇ ਨੇ ਮਰੇ ਇੱਕ ਜ਼ਿੰਦਾ ਉਹਨੇ ਚੈੱਕ ਚੁੱਕ ਕਰਕੇ ਉਹਨੇ ਪਰਚੀ ਤੇ ਦਵਾਈ ਲਿਖ ਦਿੱਤੀ ਉਹਨੇ ਕਾ ਫਲਾਣਾ ਸਟੋਰ ਤੋਂ ਲੱਭੇ ਦੀ ਹੋਰ ਕਿਰੂ ਆ ਸ਼ਹਿਰ ਚ ਲੱਭਣ ਵੀ ਨਹੀਂ ਲਈ ਉਹ ਤੁ ਜਾ ਕੇ ਲਈ ਆ ਉਹ ਭਾਵੇਂ ਦਵਾਈ 2000 ਦੀ ਹੈ ਮਨੂੰ ਆ ਨਾ ਆਖੇ ਜੀ 14000 ਰੁਪਏ ਦੀ ਯਾ ਮਨੂਨਾ ਕਾ 20000 ਰੁਪਏ ਦੀ ਮੈਂ ਉਹ ਆਪਣੀ ਮਜਬੂਰੀ ਕਿਉਂਕਿ ਮੇਰਾ ਚੂਚਾ ਮਾਰਦਾ ਪੈ ਮੈਂ ਲੈ ਆਂਦੀ ਹੈ ਕਿਸੇ ਨਾਲ ਫਰਕ ਪੈ ਗਿਆ ਬਾਕੀ ਜ਼ਿਆਦਾ ਕੋਈ ਫਰਕ ਨਹੀਂ ਪਿਆ ਉਹ ਵੀ ਸਮਝੋ ਕਿ ਮੇਰਾ ਨੁਕਸਾਨ ਹੀ ਹੋਇਆ ਇਸ 5000 ਚੂਚੇ ਤੇ ਕਮਜ਼ਾ ਕਮ 3-4 ਲੱਖ ਰੁਪਏ ਦੀ ਮੈਂ ਦਵਾਈਆਂ ਦਾ ਖਰਚਾ ਹਦਦ ਕਰ ਗਟ ਜਿਹੜਾ ਮੇਰਾ ਜ਼ਾਇਆ ਗਿਆ ਤਾਂ ਹੁਣ ਮੇਰੇ ਕੋਈ ਜਿੰਨੇ ਕੀ ਬੱਚੇ ਨੇ ਇਹ ਮੇਰਾ ਇੱਕ ਫੀਡ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਇੱਕ ਮਹੀਨੇ ਦੀ ਜਿਹੜੀ ਫੀਡ ਹੈ ਨਾ ਇਹ ਸਾਰੇ ਮੈਂ ਵੇਚਾਂ ਤੇ ਤਾਂ ਵੀ ਪੂਰਾ ਨਹੀਂ ਹੁੰਦਾ ਤੇ ਮੇਰੇ ਕੋ ਗਲਤੀ ਹੋ ਗਈ ਮੈਂ ਕੰਟਰੋਲ ਸ਼ੈਡ ਵਾਲਾ ਕੰਮ ਕਰਨਾ ਸੀ ਬਾਹਰ ਮਨ ਨੂੰ ਹੁਣ ਤਜਰਬਾ ਹੋਇਆ ਉਹ ਕੰਮ ਬਿਹਤਰੀਨ ਹੈ ਜਿਹੜੇ ਭਰਾਵਾਂ ਦਾ ਜ਼ੇਨ ਹੈ ਉਹ ਬਿਲਕੁਲ ਕੰਟਰੋਲ ਸ਼ੈਡ ਵਾਲਾ ਕੰਮ ਕਰ ਭਾਈ ਜਾਨ ਮੇਰਾ مشورہ ਇਹ ਹੈ ਕਿ ਜਿਹੜੇ ਬੰਦੇ ਕਹਿੰਦੇ ਨੇ ਜਿਨ੍ਹਾਂ ਦੀ ਕੋਈ ਸੋਚ ਹੈ ਕਿ ਅਸੀਂ ਵੀ ਇਹ ਕਰੀਏ ਜਾਂ ਕੋਈ ਮਤਲਬ ਹੈ ਕਿ ਇਹਨਾਂ ਦੇ ਬਾਰੇ ਵਿੱਚ ਕੁਝ ਰੱਖਦੇ ਨੇ ਪਹਿਲੇ ਨੰਬਰ ਤੇ ਤੇ ਜਿਹੜਾ ਨਾ ਕੰਟਰੋਲ ਸ਼ੈਡ ਵਾਲਾ ਕੰਮ ਉਹ ਸਭ ਤੋਂ ਮੇਰਾ مشورہ ਇਹ ਹੈ ਕਿ ਉਹ ਬਿਹਤਰੀਨ ਹੈ ਕਿਉਂਕਿ ਮੈਂ 5000 ਚੂਚਾ ਪਾ ਕੇ ਮੈਂ ਤਜਰਬਾ ਲੈ ਲਿਆ ਠੀਕ ਹੈ ਆਪੂ ਜਿਹੜਾ ਤੁਸੀਂ ਲਿਆ ਕੇ ਚੂਚਾ ਪਾਣਾ ਉਹਦੇ ਵਿੱਚ ਬਿਮਾਰੀ ਬੜੀ ਆਉਂਦੀ ਹੈ ਜਿਵੇਂ ਬਿਮਾਰੀ ਆਉਂਦੀ ਹੈ ਕੋ ਉਸ ਬਿਮਾਰੀ ਦਾ ਇਲਾਜ ਕੋਈ ਨਹੀਂ ਹੈ